ਚੋਣਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਸਿਤਾਰਿਆਂ ਨੂੰ ਉਤਾਰ ਕੇ ਆਪਣੀ ਜਿੱਤ ਪੱਕੀ ਕੀਤੀ ਜਾ ਰਹੀ ਹੈ। ਲੋਕ ਸਭਾ ਚੋਣਾਂ ਸਿਰ 'ਤੇ ਨੇ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਜਿੱਤ ਨੂੰ ਪੱਕਾ ਕਰਨ ਦੇ ਲਈ ਇਹਨਾਂ ਚੋਣਾਂ ਦੇ ਵਿੱਚ ਸਿਤਾਰਿਆਂ ਨੂੰ ਉਤਾਰ ਦਿੱਤਾ ਹੈ। ਵੱਖ ਵੱਖ ਖੇਤਰਾਂ ਦੇ ਵਿੱਚੋਂ ਜਿਹੜੇ ਬਾਲੀਵੁੱਡ ਹਸਤੀਆਂ ਨੇ, ਕ੍ਰਿਕਟ ਹਸਤੀਆਂ ਨੇ, ਉਹਨਾਂ ਨੂੰ ਉਤਾਰ ਕੇ ਰਾਜਨੀਤਿਕ ਪਾਰਟੀਆਂ ਆਪਣੀ ਜਿੱਤ ਨੂੰ ਪੱਕਾ ਕਰ ਰਹੀਆਂ ਨੇ। ਇੱਥੇ ਸਾਡੇ ਨਾਲ ਲੋਕ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਕਿ ਸਿਤਾਰਿਆਂ ਦਾ ਪ੍ਰਭਾਵ ਰਾਜਨੀਤੀ ਦੇ ਉੱਤੇ ਪੈ ਰਿਹਾ ਹੈ, ਅਤੇ ਜੇਕਰ ਰਾਜਨੀਤੀ ਦੇ ਉੱਤੇ ਪ੍ਰਭਾਵ ਪੈ ਰਿਹਾ ਤਾਂ ਜਿਹੜੇ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਦੇ ਨੇ, ਵਰਕਰ ਨੇ ਜਾਂ ਹੋਰ ਆਗੂ ਨੇ, ਉਹਨਾਂ ਦਾ ਰਾਜਨੀਤੀ ਦੇ ਉੱਤੇ ਕਿੰਨਾ ਪ੍ਰਭਾਵ ਪੈ ਰਿਹਾ ਹੈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਨਿਲ ਜੀ। ਅੱਛਾ ਅਨਿਲ ਜੀ, ਕੀ ਲੱਗ ਰਿਹਾ ਕਿ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਹੁਣ ਸਿਤਾਰਿਆਂ ਦੀ ਸਪੋਰਟ ਲਈ ਜਾ ਰਹੀ ਹੈ ਚੋਣਾਂ ਜਿੱਤਣ ਦੇ ਲਈ, ਇਹ ਸਪੋਰਟ ਉਹਨਾਂ ਨੂੰ ਜਿੱਤ ਦੇ ਵਿੱਚ ਕਾਮਯਾਬ ਹੋਏਗੀ? ਬਿਲਕੁਲ ਕਾਮਯਾਬ ਆਏਗੀ, ਕਿਉਂਕਿ ਜੀ ਮਸ਼ਹੂਰ ਚਿਹਰੇ ਨੇ ਜੀ, ਲੋਕ ਪਸੰਦ ਕਰਦੇ ਨੇ ਇਹਨਾਂ ਨੂੰ, ਅਤੇ ਪੁਰਾਣਾ ਰਿਜ਼ਲਟ ਵੀ ਰਿਹਾ, ਨਵਜੋਤ ਸਿੰਘ ਸਿੱਧੂ ਵੀ ਜਿੱਤਿਆ ਜੀ, ਕਿਰਨ ਖੇਰ ਜੀ ਜਿੱਤੇ ਲਾਸਟ ਟਾਈਮ, ਸਭ ਜਿੱਤਦੇ ਰਹੇ ਨੇ, ਅਤੇ ਅਸਰ ਤਾਂ ਪਏਗਾ ਜੀ, ਕਿਉਂਕਿ ਮਸ਼ਹੂਰ ਹਸਤੀਆਂ ਨੇ, ਫਰਕ ਪੈਂਦਾ ਥੋੜ੍ਹਾ ਜਿਹਾ। ਅੱਛਾ, ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਉਤਾਰਿਆ ਗਿਆ, ਲੱਗ ਰਿਹਾ ਕਿ ਜਾਖੜ ਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਕਰ ਸਕਦੇ ਨੇ, ਸੰਨੀ ਦਿਓਲ ਦੀ ਜਿੱਤ ਲੱਗ ਸਕਦੀ ਤੁਹਾਨੂੰ? ਸੰਨੀ ਦਿਓਲ ਜੀ ਅੱਛੇ ਇਨਸਾਨ ਨੇ, ਬਾਕੀ ਜਨਤਾ ਫੈਸਲਾ ਕਰੇਗੀ ਜੀ। ਪਰ ਤੁਹਾਨੂੰ ਨਹੀਂ ਲੱਗ ਰਿਹਾ ਕਿ ਕਿਤੇ ਨਾ ਕਿਤੇ ਇਸ ਦੇ ਨਾਲ ਜਿਹੜੇ ਗਰਾਊਂਡ ਲੈਵਲ ਦੇ ਉੱਤੇ ਆਮ ਵਰਕਰ ਕੰਮ ਕਰਦੇ ਹੁੰਦੇ ਨੇ, ਉਸ ਏਰੀਏ ਨੂੰ ਤੋਂ ਵਾਕਿਫ ਜਿਹੜੇ ਆਗੂ ਕੰਮ ਕਰਦੇ ਹੁੰਦੇ ਨੇ, ਇਹ ਜਿਹੜੇ ਆਗੂ ਹੁੰਦੇ ਨੇ ਇਹ ਬਾਹਰ ਤੋਂ ਲਿਆਣ ਕੇ ਖੜੇ ਕਰ ਦਿੱਤੇ ਜਾਂਦੇ ਨੇ, ਇਹਨਾਂ ਨੂੰ ਉਸ ਏਰੀਏ ਦੀਆਂ ਮੁਸ਼ਕਲਾਂ ਦਾ ਕਿਵੇਂ ਪਤਾ ਲੱਗ ਸਕਦਾ? ਇਹ ਨਾ ਇਨਸਾਫੀ ਹੈ ਉਹਨਾਂ ਨਾਲ ਜਿਹੜੇ ਗਰਾਊਂਡ ਲੈਵਲ 'ਤੇ ਕੰਮ ਕਰ ਰਹੇ ਨੇ, ਸ਼ੁਰੂ ਤੋਂ ਇੰਨੇ ਸਾਲ ਤੋਂ ਜੁੜੇ ਨੇ, ਉਹਨਾਂ ਨਾਲ ਥੋੜ੍ਹੀ ਹੈ ਕਿਤੇ ਨਾ ਕਿਤੇ ਪ੍ਰੋਬਲਮ ਹੈ ਉਹਨਾਂ ਨਾਲ। ਬਹੁਤ ਬਹੁਤ ਧੰਨਵਾਦ। ਇੱਥੇ ਸਾਡੇ ਨਾਲ ਕੁਝ ਹੋਰ ਲੋਕ ਵੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਅਰਜੁਨ ਦੇਵ ਜੀ। ਅੱਛਾ ਅਰਜੁਨ, ਕੀ ਲੱਗ ਰਿਹਾ ਕਿ ਲੋਕ ਸਭਾ ਚੋਣਾਂ ਸਿਰ 'ਤੇ ਨੇ ਅਤੇ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਹੁਣ ਸਿਆਸੀ ਆਗੂਆਂ ਦੀ ਬਜਾਏ ਜਿਹੜੇ ਹੋਰ ਆਗੂ ਨੇ, ਬਾਲੀਵੁੱਡ ਦੀਆਂ ਹਸਤੀਆਂ ਨੇ, ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਰਿਹਾ, ਇਸ ਦੇ ਨਾਲ ਆਮ ਲੋਕਾਂ ਦੇ ਉੱਤੇ ਜਾਂ ਉਸ ਖੇਤਰ ਦੇ ਲੋਕਾਂ ਦੇ ਉੱਤੇ ਕਿੰਨਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ? ਸਰ, ਉੱਥੇ ਕਾਫੀ ਪ੍ਰਭਾਵ ਪਿਆ ਸਰ, ਕਿਉਂਕਿ ਲੋਕ ਫੋਲੋ ਵੀ ਕਰਦੇ ਆ ਜਿਹੜੀ ਸੈਲੀਬ੍ਰਿਟੀ ਹੁੰਦੀ ਆ ਉਹਨਾਂ ਨੂੰ, ਅਤੇ ਇਸੇ ਕਰਕੇ ਉਹਨਾਂ ਦਾ ਕਾਫੀ ਪ੍ਰਭਾਵ ਹੈ ਜੀ। ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਇਸ ਦੀ ਜਗ੍ਹਾ ਉਸ ਏਰੀਏ ਦੇ ਹੀ ਲੋਕਾਂ ਨੂੰ ਉਤਾਰਿਆ ਜਾਵੇ, ਉਸ ਏਰੀਏ ਦੇ ਆਗੂਆਂ ਨੂੰ ਉਤਾਰਿਆ ਜਾਵੇ, ਤਾਂ ਉਸ ਏਰੀਏ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਤੋਂ ਜ਼ਿਆਦਾ ਵਾਕਿਫ ਹੁੰਦੇ ਨੇ ਜਿਹੜੇ ਇਹ ਆਗੂ ਹੁੰਦੇ ਨੇ? ਇਹ ਤਾਂ ਪਹਿਲਾਂ ਹੀ ਹੋਰ ਖੇਤਰ ਤੋਂ ਲਿਆਣ ਕੇ ਪੈਰਾਸ਼ੂਟ ਦੇ ਰਾਹੀਂ ਇੱਥੇ ਉਤਾਰ ਦਿੱਤੇ ਜਾਂਦੇ ਨੇ। ਸਰ, ਸਹੀ ਗੱਲ ਹੈ ਬਈ, ਜੇ ਕੋਈ ਉਹਨਾਂ ਦੀ ਆਪਦਾ ਏਰੀਆ ਦਾ ਕੋਈ ਬੰਦਾ ਖੜਾ ਹੋਵੇ ਤਾਂ ਉਹ ਚਾਹੁਣਗੇ ਬਈ ਉਹਨੂੰ ਉਹ ਜਿੱਤੇ, ਕਿਉਂਕਿ ਆਹ ਸ਼ੋਰ ਹੈ ਜੀ, ਉਹ ਜਿੱਤੇ ਤਾਂ ਫਿਰ ਉਹ ਏਰੀਆ ਡਿਵੈਲਪ ਹੋਏਗਾ, ਕਿਉਂਕਿ ਉਹ ਆਪਣੇ ਜਿਹੜਾ ਏਰੀਆ ਉਹਦੇ ਵਿੱਚ ਜ਼ਿਆਦਾ ਜ਼ਿਆਦਾ ਉਹ ਕੋਨਸਟਰੇਟ ਕਰਨਗੇ ਵੀ ਡਿਵੈਲਪ ਕਰਨ ਨੂੰ, ਤਾਂ ਉਹਨਾਂ ਦਾ ਜ਼ਿਆਦਾ ਪ੍ਰਭਾਵ ਹੋਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕੀ ਨਾਮ ਹੈ ਜੀ? ਰਿਸ਼ਭ ਸਰ। ਅੱਛਾ ਰਿਸ਼ਭ, ਕੀ ਲੱਗ ਰਿਹਾ ਕਿ ਲੋਕ ਸਭਾ ਚੋਣਾਂ ਆ ਗਈਆਂ ਨੇ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੀ ਆਪਣੀ ਜਿੱਤ ਨੂੰ ਪੱਕਾ ਕਰਨ ਦੇ ਲਈ ਸਿਤਾਰਿਆਂ ਦੀ ਸਪੋਰਟ ਲੈ ਰਹੀਆਂ ਨੇ, ਕੀ ਸਿਤਾਰਿਆਂ ਦੀ ਸਪੋਰਟ ਜਿਹੜੇ ਬਾਲੀਵੁੱਡ ਕਲਾਕਾਰ ਨੇ, ਕ੍ਰਿਕਟ ਦੇ ਵਿੱਚ ਜਿਹੜੇ ਸਟਾਰ ਪ੍ਰਚਾਰਕ ਦੇ ਤੌਰ 'ਤੇ ਵੀ ਕੰਮ ਕਰਦੇ ਰਹਿੰਦੇ ਨੇ, ਹੁਣ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ, ਇਹਨਾਂ ਟਿਕਟਾਂ ਦੇ ਨਾਲ ਸਿਆਸਤ ਕਿੰਨੀ ਪ੍ਰਭਾਵਿਤ ਹੁੰਦੀ ਹੈ, ਆਮ ਲੋਕਾਂ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਜਾਂਦਾ ਹੈ? ਸਰ, ਪਹਿਲੀ ਗੱਲ ਤਾਂ ਜੀ, ਜੋ ਸਿਆਸਤ ਦੀ ਸਿਆਸਤ ਆਪਦੀ ਗੇਮ ਖੇਡ ਰਹੀ ਹੈ ਸਾਲਾਂ ਤੋਂ, ਇਹ ਸਿਤਾਰਿਆਂ ਨੂੰ ਟਿਕਟਾਂ ਤਾਂ ਦਿੰਦੀ ਹੈ, ਜਿਵੇਂ ਕਿ ਆਪਾਂ ਦੇਖਿਆ ਕਿ ਕ੍ਰਿਕਟਰ ਗੌਤਮ ਗੰਭੀਰ ਨੂੰ ਟਿਕਟ ਦਿੱਤੀ ਗਈ ਹੈ, ਇੱਥੋਂ ਸੰਨੀ ਦਿਓਲ ਨੂੰ ਟਿਕਟ ਦਿੱਤੀ ਗਈ ਹੈ ਪੰਜਾਬ ਦੇ ਵਿੱਚ, ਅਤੇ ਉੱਥੇ ਚੰਡੀਗੜ੍ਹ ਤੋਂ ਕਿਰਨ ਖੇਰ ਨੂੰ ਟਿਕਟ ਦਿੱਤੀ, ਇਹ ਸਾਰੇ ਸਟਾਰ ਨੇ, ਪਰ ਇਹਨਾਂ ਨੂੰ ਲੋਕ ਤਾਂ ਜਾਣਦੇ ਹੀ ਹੁੰਦੇ ਆ, ਪਰ ਆਪਾਂ ਨੂੰ ਜਿਹੜੇ ਬੰਦੇ ਕੈਂਡੀਡੇਟ ਹੁੰਦੇ ਆ, ਬਾਕੀ ਉਮੀਦਵਾਰ ਜੋ 5 ਸਾਲ ਮਿਹਨਤ ਕਰਦੇ ਨੇ, ਉਹਨਾਂ ਦਾ ਮੁੱਲ ਨਹੀਂ ਮੁੜਦਾ, ਉਹਨਾਂ ਦੇ ਜਿਹੜੇ ਵਰਕਰ ਜੁੜੇ ਹੁੰਦੇ ਨੇ ਉਹਨਾਂ ਨੂੰ ਡਿਸਪੁਆਇੰਟ ਕੀਤਾ ਜਾਂਦਾ। ਨੋ ਡਾਊਟ ਇਹਨਾਂ ਦਾ ਫੇਸ ਇੱਕ ਬਣਿਆ ਹੁੰਦਾ ਹੈ, ਜੋ ਬੇਸ ਹੁੰਦਾ ਹੈ ਇਹਨਾਂ ਦਾ, ਪਰ ਇੰਨਾ ਸਟਰੋਂਗ ਨਹੀਂ ਹੁੰਦਾ ਜੋ ਬਾਕੀ ਉਮੀਦਵਾਰ ਜੋ ਆਪਦਾ ਗਰਾਊਂਡ ਲੈਵਲ 'ਤੇ ਵਰਕ ਕਰਦੇ ਆ। ਸੋ ਮੈਂ ਤਾਂ ਇਹੀ ਚਾਹੁੰਦਾ ਕਿ ਇਹਨਾਂ ਨੂੰ ਟਿਕਟਾਂ ਦਿੱਤੀਆਂ ਜਾਣ, ਜੋ ਬੰਦੇ ਕੰਮ ਕਰਦੇ ਨੇ 5 ਦੇ 5 ਸਾਲ, ਤਾਂ ਉਹਨਾਂ ਨੂੰ ਉਹਨਾਂ ਦੀਆਂ ਉਮੀਦਾਂ 'ਤੇ ਖਰਿਆ ਉਤਰਿਆ ਜਾਵੇ, ਤਾਂ ਜੋ ਮੇਨ ਮੁੱਦਿਆ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਣ। ਕੀ ਤੁਹਾਨੂੰ ਲੱਗਦਾ ਕਿ ਜਿਹੜੇ ਸਟਾਰ ਉਤਾਰ ਦਿੱਤੇ ਜਾਂਦੇ ਨੇ ਵੱਖ ਵੱਖ ਪਾਰਟੀਆਂ ਦੇ ਵੱਲੋਂ, ਇਹ ਲੋਕਾਂ ਦੇ ਮੁੱਦਿਆਂ ਦੇ ਨਾਲ ਜੁੜੇ ਹੁੰਦੇ ਨੇ? ਹਾਲਾਂਕਿ ਕੋਈ ਰਹਿੰਦਾ ਕੋਈ ਬੰਬਈ ਰਹਿ ਰਿਹਾ ਹੈ, ਕੋਈ ਦਿੱਲੀ ਦੇ ਵਿੱਚ ਰਹਿ ਰਿਹਾ ਹੈ, ਅਲੱਗ ਅਲੱਗ ਖੇਤਰ ਦੇ ਉੱਤੋਂ ਪਾਰਟੀ ਲਿਆਣ ਕੇ ਇਹਨਾਂ ਨੂੰ ਪੰਜਾਬ ਦੇ ਵਿੱਚ ਜਾਂ ਹੋਰ ਹੋਰ ਹਲਕਿਆਂ ਦੇ ਉੱਤੇ ਉਤਾਰ ਦਿੰਦੀ ਹੈ, ਉਸ ਹਲਕਿਆਂ ਦੇ ਮੁੱਦਿਆਂ ਸੰਬੰਧੀ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਇਹ ਉਹਨਾਂ ਨੂੰ ਜਾਣ ਨਹੀਂ ਪਾਉਂਦੇ ਉਸ ਹਲਕੇ ਦੇ ਮੁੱਦਿਆਂ ਨੂੰ? ਸਰ, ਇਸ ਵਿੱਚ ਕੋਈ ਸ਼ੱਕ ਨਹੀਂ ਹੈ, ਜੋ ਸਟਾਰ ਹੁੰਦੇ ਨੇ, ਜੋ ਜਿਨ੍ਹਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਕਿਸੇ ਵੀ ਪਾਰਟੀ ਵੱਲੋਂ, ਉਹ ਸਿਰਫ ਇੱਕ ਪਬਲਿਕਲੀ ਸਟੰਟ ਹੁੰਦਾ, ਸਿਰਫ ਵੋਟਾਂ ਖਿੱਚਣ ਦਾ ਜ਼ਰੀਆ ਹੁੰਦਾ, ਉਹਨਾਂ ਨੂੰ ਕੋਈ ਮੁੱਦਿਆਂ ਦਾ ਨਹੀਂ ਪਤਾ ਹੁੰਦਾ, ਨਾ ਉਹ ਕਿਸੇ ਗੱਲ ਤੋਂ ਜਾਣੂ ਹੁੰਦੇ ਹਨ, ਉਹਨਾਂ ਨੂੰ ਈਵਨ ਕਿ ਏਰੀਏ ਦਾ ਇਹ ਵੀ ਨਹੀਂ ਪਤਾ ਹੁੰਦਾ ਕਿ ਕਿੰਨੇ ਹਲਕੇ ਪੈਂਦੇ ਹਨ ਅਤੇ ਕੀ ਲੋਕ ਚਾਹੁੰਦੇ ਹਨ, ਇੱਥੋਂ ਦੀਆਂ ਕੀ ਮੰਗਾਂ ਹਨ। ਸੋ ਉਹਨਾਂ ਨੂੰ ਜੋ ਉਹਨਾਂ ਦੇ ਜੋ ਗਰਾਊਂਡ ਲੈਵਲ ਦੇ ਵਰਕਰ ਨੇ ਉਹੀ 5 ਸਾਲ ਕੰਮ ਕਰਦੇ ਨੇ, ਅਤੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਮੋੜਨਾ ਚਾਹੀਦਾ, ਸਰਕਾਰ ਨੂੰ ਇਸ
ਨਹੀਂ ਮੈਨੂੰ ਨਹੀਂ ਲੱਗਦਾ, ਕਿਉਂਕਿ ਇੱਕ ਪੋਲੀਟੀਸ਼ੀਅਨ ਜਿਹਨੇ 5 ਸਾਲ ਆਪਦੇ ਇੱਕ ਹਲਕੇ 'ਚ ਬਿਤਾਏ ਹੈ ਉਹਨੂੰ ਲੋਕ ਜ਼ਿਆਦਾ ਫੇਸ ਵੈਲਿਊ ਉਹਦੀ ਮੰਨਣਗੇ ਕਿ ਕੋਈ ਵੀ ਆਪਾਂ ਬਾਹਰੋਂ ਬੰਦਾ ਲਿਆ ਕੇ ਪਲਾਂਟ ਕਰ ਦਈਏ, ਜੇ ਆਖੀਏ ਮੁਕਤਸਰ 'ਚ ਜਾ ਕੇ ਕਿਸੇ ਵੀ ਇੱਕ ਲੀਡਰ ਨੂੰ ਲੀਡਰ ਦੀ ਜਗ੍ਹਾ ਆਪਾਂ ਕਿਸੇ ਫਿਲਮੀ ਸਿਤਾਰੇ ਨੂੰ ਲਾ ਦਈਏ ਤਾਂ ਉਹਨੂੰ ਕੌਣ ਵੋਟ ਪਾਏਗਾ? ਅੱਛਾ, ਤੁਹਾਡੇ ਮੁਤਾਬਿਕ ਜਿਹੜੇ ਉੱਥੋਂ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਦੇ ਹੁੰਦੇ ਨੇ ਸਾਰੀਆਂ ਪਾਰਟੀਆਂ ਦੇ ਜੋ ਰਾਜਨੀਤਿਕ ਆਗੂ, ਉਹਨਾਂ ਨੂੰ ਵੋਟ ਦਿੱਤੀ ਜਾਂਦੀ ਹੈ ਨਾ ਕਿ ਸਿਤਾਰਿਆਂ ਨੂੰ? ਹਾਂਜੀ, ਪਰ ਜੇਕਰ ਰਾਜਨੀਤਿਕ ਪਾਰਟੀਆਂ ਦੇਖੇ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸਟਾਰ ਹੁੰਦੇ ਨੇ ਉਹਨਾਂ ਨੂੰ ਪੂਰੀ ਦੁਨੀਆ ਜਾਣਦੀ ਹੈ, ਉਸਦੇ ਉਸ ਹਲਕੇ ਦੇ ਲੋਕ ਵੀ ਜਾਣਦੇ ਹੁੰਦੇ ਨੇ, ਕਿਤੇ ਨਾ ਕਿਤੇ ਉਹਨਾਂ ਦਾ ਪ੍ਰਭਾਵ ਵੀ ਹੁੰਦਾ ਹੈ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਨੌਜਵਾਨ ਵਰਗ ਹੈ ਉਹ ਇਹਨਾਂ ਇਸ ਪ੍ਰਭਾਵ ਦੇ ਨੂੰ ਦੇਖਦਿਆਂ ਉਹਨਾਂ ਨੂੰ ਵੋਟ ਦੇ ਦਿੰਦੇ ਨੇ? ਨਹੀਂ ਜੀ, ਜਿਵੇਂ ਆਪਾਂ ਦੇਖ ਸਕਦੇ ਹੇਮਾ ਮਾਲਨੀ ਜਿੱਤੇ ਸੀਗੇ ਬੀਜੇਪੀ ਤੋਂ, ਅੱਜ ਕੱਲ੍ਹ ਉਹਨਾਂ ਦੇ ਮੈਨੂੰ ਲੱਗਦਾ ਜਿੰਨਾ ਉਹਨਾਂ ਨੇ ਕੰਮ ਕੀਤਾ ਉਹ ਕਿਤੇ ਵੀ ਨਹੀਂ ਦਿਖਿਆ ਗਿਆ, ਸਿਰਫ ਉਹਨਾਂ ਦੇ ਆਪਾਂ ਮੀਮਸ ਅਤੇ ਟਰੋਲਸ ਹੀ ਦੇਖਦੇ ਹਾਂ ਫੇਸਬੁੱਕ 'ਤੇ, ਹਰ ਇੱਕ ਸੋਸ਼ਲ ਸਾਈਟ 'ਤੇ। ਤਾਂ ਅੱਜ ਕੱਲ੍ਹ ਦੀ ਯੂਥ ਇੰਨੀ ਪਾਗਲ ਨਹੀਂ ਹੈ ਵੀ ਕਿਸੇ ਵੀ ਫਿਲਮ ਸਿਤਾਰੇ ਦੇ ਪਿੱਛੇ ਜਾ ਕੇ ਉਹਨੂੰ ਵੋਟ ਪਾਉਣੇ। ਹਾਂ, ਉਹਦੀ ਫਿਲਮ ਵੇਖਣ ਜ਼ਰੂਰ ਜਾ ਸਕਦੀ, ਉਹਦੀ ਆਪਦੀ ਇੱਕ ਵੋਟ ਦੀ ਵੈਲਿਊ ਸ਼ਾਇਦ ਉਹ ਪੋਲੀਟੀਸ਼ੀਅਨ ਨੂੰ ਹੀ ਪਾਊਗੀ। ਪਰ ਇੱਕ ਸਵਾਲ ਇਹ ਵੀ ਖੜਾ ਹੋ ਜਾਂਦਾ ਕਿ ਜਿਹੜੇ ਇਹ ਸਟਾਰ ਹੁੰਦੇ ਨੇ ਇਹਨਾਂ ਨੂੰ ਉਸ ਖੇਤਰ ਦੇ ਜਿਹੜੇ ਮੁਸ਼ਕਲਾਂ ਹੁੰਦੀਆਂ ਨੇ, ਸਮੱਸਿਆਵਾਂ ਹੁੰਦੀਆਂ ਨੇ, ਆਪਣੇ ਆਪਣੇ ਹਲਕੇ ਦੀਆਂ ਵੱਖ ਵੱਖ ਸਮੱਸਿਆਵਾਂ ਹੁੰਦੀਆਂ ਨੇ, ਅਤੇ ਉਹਨਾਂ ਨੂੰ ਉਤਾਰ ਦਿੱਤਾ ਜਾਂਦਾ, ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਉਹ ਲੋਕਾਂ ਦੀ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਉਹ ਪਿੱਛੇ ਚਲੇ ਜਾਂਦੀਆਂ ਨੇ ਅਤੇ ਸਟਾਰ ਅੱਗੇ ਆ ਜਾਂਦੇ ਨੇ? ਹਾਂਜੀ, ਸਮੱਸਿਆਵਾਂ ਕਦੋਂ ਉਹਨਾਂ ਨੂੰ ਪਤਾ ਹੀ ਨਹੀਂ, ਜਿਸ ਵਰਕਰ ਨੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਕਿਸੇ ਵਰਕਰ ਨੇ 5 ਸਾਲ ਉੱਥੇ ਬਿਤਾਏ ਉਹਨੂੰ ਪਤਾ ਕੀ ਚੰਗਾ ਸੀ ਕੀ ਮਾੜਾ ਸੀ, ਜਾਂ ਜੋ ਉੱਥੇ ਲੋਕਾਂ ਦੀ ਮੰਗ ਹੈ ਉਹਦੇ ਸਿਰ 'ਤੇ ਉਹਨਾਂ ਨੇ ਵੋਟਾਂ ਮੰਗੀਆਂ, ਅਤੇ ਅਖੀਰ 'ਤੇ ਜਾ ਕੇ ਜੇ ਉਹ ਕਿਸੇ ਵੀ ਸਟਾਰ ਨੂੰ ਲਾ ਦੇਣੀ ਉਹਨੂੰ ਕੀ ਪਤਾ ਹੋਊਗਾ ਕੀ ਮੰਗਾਂ ਕੀ ਲੋੜ ਹੈ? ਉਹ ਤਾਂ ਬਸ ਇਹ ਹੈ ਜੀ, ਉਹਨੂੰ ਕਈ ਸਿਤਾਰਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਊਗਾ ਮੇਰੇ ਹਲਕੇ 'ਚ ਕਿੰਨੀ ਵੋਟ ਹੈ। ਅੱਛਾ, ਤੁਸੀਂ ਨੌਜਵਾਨ ਹੋ, ਤੁਹਾਡੇ ਮੁਤਾਬਿਕ ਤੁਸੀਂ ਜੇਕਰ ਮੈਂ ਤੁਹਾਨੂੰ ਪੁੱਛਾਂ ਤਾਂ ਤੁਸੀਂ ਸਟਾਰ ਨੂੰ ਵੋਟ ਪਾਓਗੇ ਜਾਂ ਉਸ ਲੀਡਰ ਨੂੰ ਜਿਹਨੇ ਗਰਾਊਂਡ ਲੈਵਲ ਦੇ ਉੱਤੇ ਕੰਮ ਕੀਤਾ? ਉਹ ਲੀਡਰ ਨੂੰ ਜਿਹਨੇ ਗਰਾਊਂਡ ਲੈਵਲ 'ਤੇ ਕੰਮ ਕੀਤਾ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਦਿਲਦਾਰ ਸਿੰਘ। ਅੱਛਾ ਦਿਲਦਾਰ, ਸਭ ਤੋਂ ਪਹਿਲਾਂ ਜਾਣਨਾ ਚਾਹਾਂ ਕਿ ਤੁਸੀਂ ਗੇਮ ਖੇਡਦੇ ਹੋ, ਕਿਹੜੀ ਗੇਮ ਖੇਡਦੇ ਹੋ? ਬਾਸਕਟਬਾਲ ਖੇਡਦਾ ਜੀ ਮੈਂ। ਅੱਛਾ, ਬਾਸਕਟਬਾਲ ਖੇਡ ਰਹੇ ਹੋ, ਪਰ ਤੇ ਨਾਲ ਦੀ ਨਾਲ ਜੇਕਰ ਕ੍ਰਿਕਟ ਦੇ ਵਿੱਚ ਗੱਲ ਕੀਤੀ ਜਾਵੇ, ਬਾਲੀਵੁੱਡ ਦੇ ਵਿੱਚ ਗੱਲ ਕੀਤੀ ਜਾਵੇ, ਤਾਂ ਬਾਲੀਵੁੱਡ ਦੇ ਜਿਹੜੇ ਹਸਤੀਆਂ ਹੁੰਦੀਆਂ ਨੇ ਉਹ ਗੱਲ ਕਰਦੀਆਂ ਨੇ ਹੁਣ ਰਾਜਨੀਤੀ ਦੇ ਵਿੱਚ ਆਉਣ ਦੀਆਂ, ਅਤੇ ਹਾਲਾਂਕਿ ਪੰਜਾਬ ਦੇ ਵਿੱਚ ਸਨੀ ਦਿਓਲ ਨੂੰ ਵੀ ਟਿਕਟ ਦਿੱਤੀ ਗਈ ਹੈ, ਪਰ ਉਸ ਟਿਕਟ ਦੇ ਨਾਲ ਆਮ ਲੋਕਾਂ ਦਾ ਕਿੰਨਾ ਪ੍ਰਭਾਵ ਹੁੰਦਾ? ਮੈਨੂੰ ਤਾਂ ਨਹੀਂ ਲੱਗਦਾ ਜੀ ਕਿ ਪ੍ਰਭਾਵ ਨਾ ਹੀ ਪੈਂਦਾ। ਇਹ ਤਾਂ ਇੱਕ ਚਲੋ ਨਾ ਹੀ ਪੋਲੀਟੀਸ਼ੀਅਨ ਨਾਲ ਖੇਡਦਾ, ਸਾਰਾ ਕੁਝ ਖੇਡਦੇ, ਪੋਲੀਟਿਕਸ ਖੇਡਦੇ ਆ, ਪਰ ਜਿੱਥੋਂ ਤਾਈਂ ਮੈਨੂੰ ਪਤਾ ਜਾਂ ਲੋਕ ਹੁਣ ਤੱਕ ਨਾ ਕਿ ਜਾਗਰੂਕ ਹੋਏ ਆ ਕਿ ਇੱਕ ਸਟਾਰ ਕਰਕੇ ਕਿਸੇ ਨੂੰ ਵੋਟ ਨਹੀਂ ਨਾ ਕਿ ਪਾਈ ਜਾ ਸਕਦੀ। ਫਿਰ ਵੋਟ ਪਾਉਣ ਦੇ ਲਈ ਮੇਨ ਮੁੱਦਾ ਕੀ ਹੋ ਸਕਦਾ ਹੈ? ਹਾਲਾਂਕਿ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਸਟਾਰ ਹੁੰਦੇ ਨੇ ਉਹ ਸਿਰਫ ਤੋਂ ਸਿਰਫ ਫਿਲਮੀ ਚਿਹਰਿਆਂ ਤੱਕ ਹੀ ਸੀਮਤ ਰਹਿ ਜਾਂਦੇ ਨੇ, ਫਿਲਮਾਂ ਤੱਕ ਹੀ ਸੀਮਤ ਰਹਿ ਜਾਂਦੇ ਨੇ, ਉਹਨਾਂ ਨੂੰ ਧਰਾਤਲ ਦੀਆਂ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ, ਲੋਕਾਂ ਦੀਆਂ ਸਮੱਸਿਆਵਾਂ ਹੁੰਦੀਆਂ ਨੇ, ਉਹਨਾਂ ਬਾਰੇ ਕੁਝ ਨਹੀਂ ਪਤਾ ਹੁੰਦਾ। ਜਿਹੜੀਆਂ ਸਮੱਸਿਆਵਾਂ ਨੇ ਉਹ ਉੱਥੋਂ ਦੇ ਵਰਕਰਾਂ ਨੂੰ ਪਤਾ ਹੁੰਦੀ ਹੈ, ਵਰਕਰਾਂ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ। ਸਹਿਮਤ ਹੋ? ਹਾਂਜੀ ਹਾਂਜੀ, ਸਹਿਮਤ ਹੈ ਇਹ ਗੱਲ ਨਾਲ। ਪਰ ਇਸ ਪਿੱਛੇ ਕਾਰਨ ਕੀ ਮੰਨਦੇ ਹੋ ਕਿ ਵਰਕਰਾਂ ਦਾ ਉਸ ਹਲਕੇ ਤੱਕ ਦੇ ਲੋਕਾਂ ਤੱਕ ਦੀ ਪਹੁੰਚ ਨਹੀਂ ਹੁੰਦੀ, ਇਸ ਕਰਕੇ ਪੋਲੀਟੀਕਲ ਪਾਰਟੀਆਂ ਕਹਿੰਦੀਆਂ ਨੇ ਕਿ ਸਟਾਰ ਨੂੰ ਉਤਾਰ ਦਿੱਤਾ ਜਾਵੇ? ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਮੁੱਦੇ ਵਿੱਚ ਚਲੇ ਜਾਂਦੇ ਨੇ? ਇਹਦਾ ਹੀ ਸਾਰਾ ਕੁਛ ਕਿ ਪੋਲੀਟਿਕਸ ਆ, ਉਹਨਾਂ ਨੇ ਆਪਦੀਆਂ ਸਿਰਫ ਅਤੇ ਸਿਰਫ ਇਕੱਲੀਆਂ ਨਾ ਵੋਟਾਂ ਲੈਣ ਦੇ ਲਈ ਇੱਕ ਕਿਸੇ ਸਟਾਰ ਨੂੰ ਖੜ੍ਹਾ ਨਹੀਂ ਕਰ ਦਿੰਦੇ ਆ, ਉਹਨਾਂ ਨੂੰ ਕਿਸੇ ਲੋਕਾਂ ਦੇ ਨਾ ਮੁੱਦਿਆਂ ਤੱਕ ਵੀ ਬਹੁਤਾ ਵੀ ਮਤਲਬ ਨਹੀਂ ਹੁੰਦਾ ਗਾ ਜੀ। ਬਹੁਤ ਬਹੁਤ ਧੰਨਵਾਦ। ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ, ਨੌਜਵਾਨਾਂ ਦੀ ਇਹੋ ਰਾਏ ਹੈ ਕਿ ਕਿਤੇ ਨਾ ਕਿਤੇ ਸਟਾਰ ਪ੍ਰਚਾਰਕ ਦੇ ਤੌਰ 'ਤੇ ਤਾਂ ਸਟਾਰ ਠੀਕ ਨੇ, ਪਰ ਜਦੋਂ ਇਹਨਾਂ ਨੂੰ ਰਾਜਨੀਤੀ ਦੇ ਉੱਤੇ ਟਿਕਟ ਦਿੱਤੀ ਜਾਂਦੀ ਹੈ, ਰਾਜਨੀਤੀ ਦੇ ਵਿੱਚ ਉਤਾਰ ਦਿੱਤਾ ਜਾਂਦਾ ਹੈ, ਤਾਂ ਇਸ ਦੇ ਨਾਲ ਕਿਤੇ ਨਾ ਕਿਤੇ ਆਮ ਲੋਕਾਂ ਦੇ ਮੁੱਦੇ ਪਿੱਛੇ ਚਲੇ ਜਾਂਦੇ ਨੇ, ਉਸ ਹਲਕੇ ਦੇ ਜਿਹੜੇ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਦੇ ਹੁੰਦੇ ਨੇ ਵਰਕਰ, ਉਹ ਵੀ ਪਿੱਛੇ ਚਲੇ ਜਾਂਦੇ ਨੇ। ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ, ਅਤੇ ਹੁਣ ਗੱਲ ਕਰਦੇ ਹਾਂ ਹੋਰ ਨੌਜਵਾਨਾਂ ਦੇ ਨਾਲ ਕਿ ਉਹ ਰਾਜਨੀਤੀ ਦੇ ਵਿੱਚ ਜਦੋਂ ਸਟਾਰ ਟਿਕਟ ਲੈ ਕੇ ਐਂਟਰੀ ਮਾਰਦੇ ਨੇ ਤਾਂ ਉਹਨਾਂ ਦਾ ਕੀ ਪ੍ਰਤੀਕਰਮ ਹੈ, ਕੀ ਸੋਚਦੇ ਨੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਗੁਰਪਿੰਦਰ ਸਿੰਘ। ਅੱਛਾ ਗੁਰਪਿੰਦਰ, ਜੇਕਰ ਗੱਲ ਰਾਜਨੀਤੀ ਦੀ ਕੀਤੀ ਜਾਵੇ ਤਾਂ ਰਾਜਨੀਤੀ ਦੇ ਵਿੱਚ ਹੁਣ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਸਟਾਰ ਨੂੰ ਉਤਾਰ ਰਿਹਾ ਹੈ, ਬਾਲੀਵੁੱਡ ਦੇ ਸਟਾਰਾਂ ਨੂੰ ਉਤਾਰਿਆ ਜਾ ਰਿਹਾ ਹੈ, ਸਿਤਾਰਿਆਂ ਦੇ ਨਾਲ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਆਮ ਜਨਤਾ ਮੋਹਿਤ ਹੁੰਦੀ ਹੈ? ਨਹੀਂ ਜੀ, ਇੱਦਾਂ ਦਾ ਕੁਛ ਨਹੀਂ ਹੈਗਾ, ਸਟਾਰ ਕੋਲ ਕੰਮ ਰਿਹਾ ਨਹੀਂ, ਫਿਰ ਤਾਂ ਕਰਕੇ ਰਾਜਨੀਤੀ 'ਚ ਆ ਗਏ। ਹੁਣ ਕੰਮ ਸਾਰੇ ਇਹ ਚੱਲ ਚੁੱਕੇ ਆ ਜੀ, ਹੁਣ ਨਵੇਂ ਨਵੇਂ ਆ ਰਹੇ ਆ, ਉਹ ਆਪਣਾ ਚਲਾ ਰਹੇ ਕੰਮ, ਇਹਨਾਂ ਦੇ ਕੰਮ ਚੱਲਦੇ ਨੇ ਹੁਣ ਰਾਜਨੀਤੀ 'ਚ ਆ ਕੇ। ਹੋਰ ਗੁਰਦਾਸਪੁਰ ਤੋਂ ਸਨੀ ਦਿਓਲ ਨੂੰ ਟਿਕਟ ਦਿੱਤੀ ਗਈ ਹੈ, ਚੰਡੀਗੜ੍ਹ ਤੋਂ ਕਿਰਨ ਖੇਰ ਨੂੰ ਟਿਕਟ ਦਿੱਤੀ ਗਈ ਹੈ, ਗੌਤਮ ਗੰਭੀਰ
ਸਟਾਰ ਸਟੋਰ ਨਾਲ ਤਾਂ ਕੁਛ ਨਹੀਂ ਹੁੰਦਾ ਜੀ। ਅੱਛਾ, ਜੇਕਰ ਮੈਂ ਤੁਹਾਡੀ ਨਿੱਜੀ ਰਾਏ ਪੁੱਛਾਂ ਤਾਂ ਤੁਸੀਂ ਵੋਟ ਸਟਾਰ ਨੂੰ ਦੇਵੋਗੇ ਜਾਂ ਉਸ ਆਗੂ ਨੂੰ ਦੇਵੋਗੇ ਜਿਹੜੇ ਧਰਾਤਲ ਪੱਧਰ ਦੇ ਉੱਤੇ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਦੇ ਨੇ? ਸਰ, ਜਿਹੜਾ ਕੰਮ ਕਰੂਗਾ ਤਾਂ ਉਹਨੂੰ ਵੀ ਵੋਟ ਦਊਂਗੇ ਜੀ। ਜੇਕਰ ਸਟਾਰ ਕੰਮ ਕਰੇ ਫਿਰ ਸਟਾਰ ਨੂੰ ਦਊਂਗੇ ਨਹੀਂ ਵੋਟ? ਸਟਾਰ, ਹਾਂਜੀ, ਕੰਮ ਕਰੂੰਗੇ ਫਿਰ ਤਾਂ ਦਊਂਗੇ ਜੀ ਵੋਟ। ਵੈਸੇ ਤਾਂ ਜਿਹੜਾ ਕੁਰਸੀ 'ਤੇ ਬਹਿ ਗਿਆ ਕੋਈ ਕੰਮ ਨਹੀਂ ਜੀ ਕਰਦਾ, ਤਾਂ ਕਹਿਣ ਦੀਆਂ ਗੱਲਾਂ ਸਾਰੀਆਂ। ਜਿਹੜਾ ਕੁਰਸੀ 'ਤੇ ਬਹਿ ਗਿਆ ਉਹ ਤਾਂ ਫਿਰ ਆਪਣੇ ਲਈ ਸੋਚਦਾ ਜੀ, ਜਨਤਾ ਦਾ ਤਾਂ ਕੋਈ ਨਹੀਂ ਸੋਚਦਾ ਜੀ। ਬੇਰੁਜ਼ਗਾਰੀ ਇੰਨੀ ਵੱਧ ਰਹੀ ਆ ਉਹਦੇ ਬਾਰੇ ਕੋਈ ਸੋਚਦਾ ਨਹੀਂ ਜੀ। ਪੜ੍ਹੇ ਲਿਖੇ ਤੋਂ ਧੱਕੇ ਖਾ ਰਹੇ ਹਾਂ ਇੰਨੇ, ਪੜ੍ਹੇ ਲਿਖੇ ਆ, ਜੋਬ ਜੂਬ ਕੋਈ ਮਿਲਦੀ ਨਹੀਂ ਜੀ। ਇਸ ਕਰਕੇ ਮੈਂ ਤਾਂ ਇਹੀ ਕਹਿੰਦਾ, ਵੋਟ ਦੇਣ ਦਾ ਕੋਈ ਫਾਇਦਾ ਨਹੀਂ ਹੈਗਾ ਜੀ। ਪਹਿਲਾਂ ਕੁਛ ਹੋਰ ਕਹਿੰਦੇ ਆ, ਬਾਅਦ 'ਚ ਕੁਛ ਹੁੰਦਾ ਨਹੀਂ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਮੇਰਾ ਨਾਮ ਰਮਨ ਸਿੰਘ ਹੈ। ਅੱਛਾ ਰਮਨ, ਕੀ ਲੱਗ ਰਿਹਾ ਕਿ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਹੁਣ ਇਸ ਲੋਕ ਸਭਾ ਚੋਣਾਂ ਦੇ ਵਿੱਚ ਖਾਸ ਕਰ ਆਪਣੀ ਜਿੱਤ ਨੂੰ ਪੱਕਾ ਕਰਨ ਦੇ ਲਈ ਹਰ ਖੇਤਰ ਦੇ ਵਿੱਚ ਸਿਆਸੀ ਪਾਰਟੀਆਂ ਦੇ ਵੱਲੋਂ ਸਟਾਰ ਪ੍ਰਚਾਰਕ ਅਤੇ ਬਾਲੀਵੁੱਡ ਤੋਂ ਸਟਾਰਾਂ ਨੂੰ ਟਿਕਟ ਦਿੱਤੀ ਜਾ ਰਹੀ ਹੈ ਆਪਣੀ ਜਿੱਤ ਪੱਕਾ ਕਰਨ ਦੇ ਲਈ? ਲੱਗਦੀ ਹੈ ਕਿ ਜਿੱਤ ਜਿਹੜੀ ਹੈ ਉਹ ਪੱਕੀ ਹੁੰਦੀ ਹੈ ਇਸ ਦੇ ਨਾਲ? ਨਹੀਂ, ਪਾਰਟੀਜ਼ ਇਸ ਏਜੰਡੇ 'ਤੇ ਚੱਲੀ ਹੋਈ ਹੈ ਜਿੱਤ ਪੱਕੀ ਕਰਨ ਲਈ। ਬਟ ਇਹ ਮੈਨੂੰ ਲੱਗ ਰਿਹਾ ਜਿਹੜੇ ਰੀਅਲ ਇਸ਼ੂਜ਼ ਸੀਗੇ, ਜਿਹੜੇ ਮੁੱਦਿਆਂ 'ਤੇ ਸਰਕਾਰ ਆਈ ਸੀ ਜਾਂ ਜਿਹੜੇ ਇਸ਼ੂਜ਼ ਇਹਨਾਂ ਕੰਮ ਕਰਨੇ ਸੀ, ਉਹ ਮੁੱਦਿਆਂ 'ਤੇ ਉਹ ਇਹਨਾਂ ਦਾ ਫੇਲਿਓਰ ਹੈ, ਤਾਂ ਕਰਕੇ ਇਹ ਸਟਾਰਾਂ ਨੂੰ ਲੈ ਕੇ ਆ ਰਹੇ ਆ ਵੀ ਸਟਾਰਾਂ ਦੀ ਗੱਲਾਂ 'ਚ ਲੋਕ ਉਲਝੇ ਰਹਿ ਜਾਣ ਤਾਂ ਵੋਟ ਪਾ ਦੇਣ। ਇਸ਼ੂਜ਼ ਗਾਇਬ ਹੈ, ਬੀਜੇਪੀ ਦੇ ਵੀ ਸਟਾਰ ਆ ਗਏ, ਉਹਨੂੰ ਕਾਂਗਰਸ ਵੀ ਫੋਲੋ ਕਰ ਰਹੀ ਹੈ, ਅਤੇ ਕਿਤੇ ਨਾ ਕਿਤੇ ਵਰਕਰਸ ਦੀ ਕਮੀ ਲੈਕ ਕਰ ਰਹੇ ਹੈ, ਦੂਜਾ ਰੀਅਲ ਇਸ਼ੂਜ਼ ਤੋਂ ਭੱਜ ਰਹੇ ਆ, ਅਤੇ ਇਹ ਵੈਸੇ ਗਲਤ ਚੀਜ਼ ਹੈ ਮੇਰੇ ਹਿਸਾਬ ਨਾਲ ਤਾਂ, ਕਿਉਂਕਿ ਜਿਹੜਾ ਕੰਮ ਕਰਕੇ ਵੋਟ ਮੰਗੋ, ਸਟਾਰਾਂ ਦੇ ਨਾਂ 'ਤੇ ਵੋਟ ਨਾ ਮੰਗੋ। ਅੱਛਾ, ਤੁਹਾਨੂੰ ਇਹ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੇ ਉਸ ਖੇਤਰ ਦੇ ਵਰਕਰ ਹੁੰਦੇ ਨੇ, ਆਗੂ ਹੁੰਦੇ ਨੇ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਹੁੰਦੇ ਨੇ, ਉਹਨਾਂ ਨੂੰ ਉੱਥੇ ਦੀਆਂ ਸਮੱਸਿਆਵਾਂ ਦਾ ਪਤਾ ਹੁੰਦਾ, ਲੋਕਾਂ ਦੀਆਂ ਮੁਸ਼ਕਿਲਾਂ ਦਾ ਪਤਾ ਹੁੰਦਾ ਹੈ, ਪਰ ਇਹ ਪੈਰਾਸ਼ੂਟ ਰਾਹੀਂ ਇਹਨਾਂ ਦੀ ਐਂਟਰੀ ਕਰਾ ਦਿੱਤੀ ਜਾਂਦੀ ਹੈ, ਟਿਕਟ ਦੇ ਦਿੱਤੀ ਜਾਂਦੀ ਹੈ, ਉਸ ਖੇਤਰ ਦੀਆਂ ਸਮੱਸਿਆਵਾਂ ਤੋਂ ਸ਼ਾਇਦ ਘੱਟ ਵਾਕਿਫ ਹੁੰਦੇ ਨੇ, ਜਿਸ ਦੀ ਬਜਾਏ ਉੱਥੋਂ ਦੇ ਆਗੂਆਂ ਨੂੰ, ਵਰਕਰਾਂ ਨੂੰ ਟਿਕਟ ਦਿੱਤੀ ਜਾਵੇ, ਉਹ ਬਿਹਤਰ ਰਹੇਗਾ? ਨਹੀਂ ਨਹੀਂ, ਇਹ ਤਾਂ ਬੜੇ ਗਲਤ ਸਟੈਪ ਹੈ ਆਪਾਂ ਕਾਂਗਰਸ ਬੀਜੇਪੀ ਦੋਵਾਂ ਦੀ ਗੱਲਾਂ ਕਰੀਏ, ਕਿਉਂਕਿ ਉਹਦੇ ਨਾਲ ਜਿਹੜਾ ਰੀਅਲ ਵਰਕਰ ਹੈ, ਰੀਅਲ ਲੀਡਰ ਹੈ, ਜਿਹੜਾ ਇਸ਼ੂ ਰੇਜ਼ ਕਰ ਰਿਹਾ, ਜਿਹੜਾ ਲੋਕਾਂ ਦੇ ਵਿਚਾਲੇ ਰਹਿੰਦਾ ਹੈ, ਉਹਨੂੰ ਟਿਕਟ ਨਹੀਂ ਮਿਲ ਰਹੀ, ਅਤੇ ਚੰਗੀ ਗੱਲ ਨਹੀਂ ਹੈ। ਪਾਰਟੀਜ਼ ਨੂੰ ਵੀ ਦੇਖਣਾ ਚਾਹੀਦਾ, ਅਤੇ ਲੋਕਾਂ ਨੂੰ ਵੀ ਨਾਲ ਇਹ ਦੇਖਣਾ ਚਾਹੀਦਾ ਵੀ ਜਿਹੜੇ ਬੰਦੇ ਬਾਹਰੋਂ ਆ ਰਹੇ ਆ, ਪੈਰਾਸ਼ੂਟ ਰਾਹੀਂ ਆ ਰਹੇ ਆ, ਉਹਨਾਂ ਨੂੰ ਵੋਟ ਨਾ ਕਰਕੇ ਜਿਹੜੇ ਸਹੀ ਬੰਦੇ ਆ, ਜਿਹੜੇ ਲੋਕਲ ਹੈ, ਜਿਨ੍ਹਾਂ ਨੂੰ ਇਸ਼ੂਜ਼ ਪਤਾ ਹੈ, ਉਹਨਾਂ ਨੂੰ ਵੋਟ ਕਰਨ, ਭਾਵੇਂ ਉਹ ਕਿਸੇ ਜਿਹੜੀ ਮਰਜ਼ੀ ਪਾਰਟੀ ਦੇ ਹੋਣ। ਪਰ ਇਸ ਦੇ ਨਾਲ ਹੀ ਪਿਛਲੇ ਲੰਬੇ ਸਮੇਂ ਤੋਂ ਦੇਖਿਆ ਗਿਆ, 10-15 ਸਾਲ 20 ਸਾਲ ਤੋਂ ਲਗਾਤਾਰ ਇੱਕ ਅਜਿਹੀ ਸੀਟ ਤਿਆਰ ਕਰ ਦਿੱਤੀ ਜਾਂਦੀ ਹੈ ਰਾਜਨੀਤਿਕ ਪਾਰਟੀਆਂ ਦੇ ਵੱਲੋਂ, ਕਿ ਲੋਕ ਵੀ ਉੱਥੋਂ ਸੋਚਣਾ ਸ਼ੁਰੂ ਕਰ ਦਿੰਦੇ ਨੇ ਕਿ ਇਸ ਵਾਰ ਇੱਥੋਂ ਕਿਹੜਾ ਬਾਲੀਵੁੱਡ ਤੋਂ ਸਟਾਰ ਉਤਾਰਿਆ ਜਾਵੇਗਾ, ਇਸ ਵਾਰ ਇੱਥੋਂ ਕਿਹੜਾ ਕ੍ਰਿਕਟ ਤੋਂ ਸਟਾਰ ਉਤਾਰਿਆ ਜਾਵੇਗਾ। ਲਗਾਤਾਰ ਸਟਾਰ ਪ੍ਰਚਾਰਕ ਬਾਲੀਵੁੱਡ ਤੋਂ ਸਟਾਰ ਜਿਹੜੇ ਨੇ ਸਿਆਸਤ ਦੇ ਵਿੱਚ ਉਤਰਦੇ ਜਾ ਰਹੇ ਨੇ, ਲੋਕ ਵੀ ਉਹਨਾਂ ਨੂੰ ਵੋਟਾਂ ਪਾ ਕੇ ਆਖਰ ਜਿਤਾ ਦਿੰਦੇ ਨੇ, ਕਾਰਨ ਕੀ ਹੈ? ਐਕਚੁਅਲੀ ਲੋਕਾਂ ਦੇ ਅੰਦਰ ਅਵੇਅਰਨੈਸ ਦੀ ਕਮੀ ਹੈ, ਐਜੂਕੇਸ਼ਨ ਦੀ ਵੀ ਕਮੀ ਹੈ, ਲੋਕ ਜਿਹੜੇ ਮੁੱਦੇਜ਼ ਹੈ ਉਹਨਾਂ 'ਤੇ ਫੋਕਸ ਨਾ ਕਰਕੇ ਉਹਨਾਂ ਦਾ ਸਟਾਰ ਫੇਸ ਦੇਖ ਕੇ ਵੋਟ ਕਰ ਰਹੇ ਆ। ਜਦੋਂ ਤੱਕ ਪਬਲਿਕ ਇਸ਼ੂਜ਼ ਨਹੀਂ ਸਮਝੇਗੀ ਤਾਂ ਤੱਕ ਲੋਕਾਂ ਦਾ ਵੈਲਫੇਅਰ ਨਹੀਂ ਹੋਣਾ, ਅਤੇ ਇੱਕ ਟਾਈਮ ਤੋਂ ਬਾਅਦ ਇਹ ਚੀਜ਼ਾਂ ਹੁਣੋਂ ਹਟੂਗੀ, ਲੋਕ ਰੀਅਲ ਇਸ਼ੂਜ਼ 'ਤੇ ਵੋਟ ਕਰਨਗੇ। ਬਹੁਤ ਬਹੁਤ ਧੰਨਵਾਦ। ਅੱਛਾ, ਤੁਹਾਡਾ ਕੀ ਨਾਮ ਹੈ ਜੀ? ਸ਼ਾਂਤਨੂ। ਅੱਛਾ ਸ਼ਾਂਤਨੂ, ਕੀ ਲੱਗ ਰਿਹਾ ਕਿ ਰਾਜਨੀਤੀ ਦੇ ਵਿੱਚ ਸਟਾਰ ਉਤਾਰ ਦਿੱਤੇ ਜਾਂਦੇ ਨੇ, ਠੀਕ ਹੈ, ਅਤੇ ਇਹਨਾਂ ਸਟਾਰਾਂ ਦਾ ਲੋਕਾਂ ਦੇ ਉੱਤੇ ਕਿੰਨਾ ਪ੍ਰਭਾਵ ਪੈ ਰਿਹਾ? ਨਹੀਂ, ਲੋਕ ਜੋ ਹੈ ਉਹ ਅੱਜ ਕੇ ਟਾਈਮ ਮੇਂ ਵੈਸੇ ਸਮਝਦਾਰੀ ਸੇ ਵੋਟ ਕਰੇ ਤੋ ਕੈਂਡੀਡੇਟ ਕੋ ਦੇਖ ਕੇ ਵੋਟ ਕਰਨਾ ਚਾਹੀਏ। ਜੋ ਇਹ ਸਟਾਰ ਹੋਤੇ ਹੈ ਇਨਕੋ ਇਹ ਵੋਟ ਕਰ ਦੇਤੇ ਹੈ, ਤੋ ਇਹ ਪਾਰਟੀਆਂ ਵੀ ਇਨਕੋ ਉਤਾਰ ਰਹੀ ਹੈ, ਤੋ ਇਸਕਾ ਇੱਕ ਮਤਲਬ ਵਿਰੋਧ ਕਰਨਾ ਚਾਹੀਏ ਲੋਕੋ ਕੋ। ਅੱਛਾ, ਤੁਸੀਂ ਨੌਜਵਾਨ ਨੂੰ ਕਿਸ ਆਧਾਰ ਦੇ ਉੱਤੇ ਵੋਟ ਦਿਓਗੇ, ਸਟਾਰ ਦੇਖ ਕੇ ਵੋਟ ਦਿਓਗੇ ਜਾਂ ਉਹ ਆਗੂ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ ਉਸ ਹਲਕੇ ਦੇ ਵਿੱਚ? ਕੈਂਡੀਡੇਟ ਦੇਖ ਕੇ ਵੋਟ ਦੇਂਗੇ। ਜਿਹੜਾ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ? ਜੋ ਅੱਛਾ ਕੰਮ ਕਰ ਰਿਹਾ ਉਸਕੋ ਵੋਟ ਦੇਂਗੇ। ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਕੁਝ ਹੋਰ ਨੌਜਵਾਨ ਵੀ ਮੌਜੂਦ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਰਾਹੁਲ। ਅੱਛਾ ਰਾਹੁਲ, ਕੀ ਲੱਗ ਰਿਹਾ ਕਿ ਲੋਕ ਸਭਾ ਚੋਣਾਂ ਆ ਗਈਆਂ ਅਤੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਸਟਾਰ ਵੀ ਉਤਾਰੇ ਜਾ ਰਹੇ ਨੇ, ਸਟਾਰ ਵੀ ਜੰਮ ਕੇ ਪ੍ਰਚਾਰ ਕਰ ਰਹੇ ਨੇ ਅਤੇ ਆਪਣੀ ਟਿਕਟ ਜਿਹੜੀ ਹਾਸਲ ਵੀ ਕੀਤੀ ਜਾ ਰਹੀ ਹੈ ਅਤੇ ਜਿੱਤ ਦਾ ਦਾਅਵਾ ਵੀ ਕੀਤਾ ਜਾ ਰਿਹਾ? ਲੱਗਦਾ ਕਿ ਜਿੱਤ ਪੱਕੀ ਹੈ ਸਟਾਰਾਂ ਦੀ? ਨਹੀਂ, ਇਹ ਕੋਈ ਜ਼ਰੂਰੀ ਨਹੀਂ ਜੀ, ਕਿਉਂਕਿ ਲੋਕ ਕੁਝ ਸਮਝਦਾਰ ਨੇ, ਕੁਝ ਨਹੀਂ ਵੀ ਕੈਂਡੀਡੇਟ ਦੇਖ ਕੇ ਵੋਟ ਕਰਨਗੇ ਲੋਕ ਤਾਂ। ਅੱਛਾ, ਕੀ ਲੱਗ ਰਿਹਾ ਕਿ ਜੋ ਸਟਾਰ ਉਤਾਰ ਦਿੱਤੇ ਜਾਂਦੇ ਨੇ ਇਸ ਦੇ ਨਾਲ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਉਸ ਹਲਕਿਆਂ ਦੇ ਵਿੱਚ ਕੰਮ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਪਿੱਛੇ ਤੱਕ ਦਿੱਤਾ ਜਾਂਦਾ ਅਤੇ ਸਟਾਰ ਪੈਰਾਸ਼ੂਟ ਰਾਹੀਂ ਅੱਗੇ ਆ ਜਾਂਦੇ ਨੇ, ਇਹਨਾਂ ਇਸ ਦੇ ਨਾਲ ਆਮ ਲੋਕਾਂ ਦੇ ਮੁੱਦੇ ਕਿਤੇ ਨਾ ਕਿਤੇ ਪ੍ਰਭਾਵਿਤ ਹੁੰਦੇ ਲੱਗਦੇ ਨੇ? ਸਾਰੇ ਪ੍ਰਭਾਵਿਤ ਹੁੰਦੇ ਨੇ, ਜਿਹੜੇ ਸਟਾਰ ਹੁੰਦੇ ਉਹ ਵਾਪਸ ਆਉਂਦੇ ਨੇ ਜੀ ਫੀਲਡ 'ਚ, ਉਹਨਾਂ ਦਾ ਫੋਨ ਬੰਦ ਹੋ ਜਾਂਦਾ ਇੱਥੋਂ ਬਸ ਜਿੱਤ ਕੇ ਵਾਪਸ ਫਿਰ ਮੁੜ ਕੇ ਆਉਂਦੇ ਨੇ, ਨਾ ਉਹਨਾਂ ਨੂੰ
तो स्टारा दे वालों अपनी जित का दावा भी किया जा रहा, मानते हो कि जित पक्की है स्टार चेहरे? जितता नहीं जी, जन लोग सभी सियाने हैं और जो पहले है कैंडिडेट उसको वोट देने। अच्छा, की लग रहा है कि पिछले लंबे समय तो स्टार उतारे जा रहे ने, कुछ हल्के अजे ही बना दते जिथे लगातार बॉलीवुड तो स्टार उतारे जा रहे ने, तो इस बार भी गुरदासपुर की गल करते हैं तो उत्थे सनी देओल टिकट दी गई है, कि लगता है कि जेडे बॉलीवुड तो स्टार उतारे जा रहे ने जां क्रिकेट एरिए तो स्टार उतार दिते जांदे ने, इन्हां दा आम लोगों के उत्ते चंगा प्रभाव पैंदा है? थोड़ा बहुत पैंदा है, फिर आम लोग स्टार देख के ज़्यादा वोटिंग छड़ते हैं, पर ऐसे ही नहीं है। पर जो मैं तुहाडी गल करां तां तुसीं किहड़े मुद्दे दे आधार ते वोट पाओगे, जां किस चेहरे नूं देख के? वो चेहरा जो फिल्मां दे उत्ते कैमरियां दे उत्ते देखदा है, वो चेहरा जो आम लोगों के नाल गलबात करदा, उन्हां दीआं समस्यावां जाणदा है, लोकल एरिए कैंडीडेट नूं, वो चेहरा जिहड़ा साडे नाल रहिंदा है, सारिआं दी समस्या जाणदा, उहनूं वोट देणा चाहुंदा। जी बहुत बहुत धन्यवाद, लोगों के नाल गलबात की, लोगों का यो कहना कितना ना कि जोड़े स्टार होंगे ने गलबात फिल्म तो फिल्मों के राही करते हैं, पर आम लोगों के मुद्द संबंधी उन्होंने कोई नॉलेज नहीं होंगी। सो इतने रुकते हैं एक छोटे जे ब्रेक के लिए, मिलते हैं ब्रेक तो बाद। ब्रेक तो बाद दर्शकों का बहुत बहुत स्वागत है पंजाब बोलता दे विच। राजनीति दे उत्ते सितारे किन्ना प्रभाव रखते हैं, सितारे राजनीति दे विच आके किन्नी राजनीतिक पार्टियां दी जित पक्की करते हैं, तो आम लोग इस संबंध में की सोचते हैं, ये जानते हैं। कुछ नौजवान मौजूद ने, सत श्री अकाल जी। सत श्री अकाल, की नाम है जी? मनिंदरजीत। अच्छा मनिंदरजीत, सब तो पहला यह जानना चाहवागा कि राजनीतिक पार्टियां दे वल्लों लोक सभा चोणां दे विच जित पक्की करन दे लई स्टार उतारे जा रहे हैं, स्टारां नूं टिकट दित्ती जा रही है, स्टार टिकट जित पक्की है? नहीं, जरूरी नहीं हो सकता इस दे विच, क्योंकि सितारा किसी बाहर का भी आया होया है, उन्हें की पता कितने का है लोग, क्योंकि पहला उत्थे हुण मेनली तुसीं गल कर रहे हो शायद सनी देओल की गल कर रहे हो, इत्थे गुरदासपुर तो उतारिया जा रहा, तो जिदा कि असीं जाणदे हां कि विनोद खन्ना खत्म हो चुके हैं, तो उन्हां दी डैथ हो चुकी है, तो उस तो बाद उत्थे शायद कोई बीजेपी कोल इत्थे इहो जिहा कोई सितारा नहीं हैगा जो उत्थे जाके जित पक्की कर सके, तो प्रताप सिंह बाजवा है उत्थे इस टाइम पर, तो जिन्हां दा चंगा प्रभाव है, तो वह उत्थे जित पक्की करन दी पूरी स्थिति विच। इस वक्त सुनील जाखड़ खड़े हुए हैं, तो बीजेपी सनी देओल नूं उतार रही है, कि लग रहा कि सुनील जाखड़ वर्सेस सनी देओल जित पक्की है सनी देओल दी? हजे तो कुछ नहीं कहा जा सकता, हाले देखते हैं लोगों का किदा का रहा, क्योंकि कितना कितने बीजेपी पार्टी भी है, उन्होंने भी पूरा प्रभाव रहेगा, तो पहला प्रताप सिंह बाजवा सके, तो बाद हूँ कुलदीप जाखड़ उप चुनाव जितते सी, तो उप मैं जिते तक मेरे दोस्त ने गुरदासपुर तो तीन चार दोस्त ने, तो वह कितना कि सारे सारे जाखड़ वाल जा रहे हैं, तो उन्हों का चंगा प्रभाव है उत्थे। मैं सनी देओल बारे हाले कल तो हजे उन्होंने नॉमीनेट किया, तो हले देखते हैं कि बनता। बहुत बहुत धन्यवाद, सत श्री अकाल जी। सत श्री अकाल जी, की नाम है जी? धर्मप्रीत खैरा जी। मैं अच्छा धर्मप्रीत धर्मप्रीत जी, की लग रहा कि लोक सभा चोणों के राजनीतिक पार्टियां जिहड़ियां सितारियां नूं उतार के अपनी जित का दावा कर रही ने, हालांकि सितारे भी टिकट लैण तो बाद कह रहे हैं कि जित पक्की है, कि तुहानूं नहीं लगता कितना कितने जिहड़े 5-10 साल 15 साल तो उत्थे जिहड़े ग्राउंड लैवल दे उत्ते आम लोग जां उत्थों दे पोलीटिकल आगू काम करते होंगे ने, उन्हां दी टिकट कट के सितारे नूं उतार दिता जांदा है, आम लोगों के मुद्दे कितना कितने पिछे चले जाणगे इस दे नाल? हाँ जी, जरूरी है जी, ये लाइक ये की होंगे अपने लोगों की यह फितरत है जी, आप कल्चर तो पोलीटिक्स नूं मिक्स कर लें कई बार, तो जिदे कि आप कह दी भी वोटर थोड़ा बेस तो वध जांदा, तो पर जिहड़े जिवें तुसीं कहा भी लोगों के जिहड़े मेन इशूज़ ने, जिहड़े अपने मेन जिहड़े ग्राउंड ते जिहड़े इशूज़ ने वो रुल जांदे आ, वो किते ना किते आह अपने सितारियां दी छां दे विच छिप जांदे आ किते, तो जरूरी है जिहड़ा बंदा उत्थे काम कर रहा, जदों आपां रैप्रजेंटेशन की गल करते हैं एम पी दी, वो एक तरीके का रैप्रजेंटेटिव आ पूरी कॉन्स्टिट्यूएंसी का, तो वह उत्थे जिहड़ा ग्राउंड लैवल तो उठाया हुआ बंदा, तो उन्हूं आपां पिछे हटा के कोई स्टार नूं आपां मुंबई तो या कितों होर लैके आ रहे, क्योंकि उन्होंने तो कदे आके देखे नहीं हुंदा इत्थों, तो सिर्फ वो पार्टी के बलते तो अपने स्टार पावर की बलते वो जितने की कोशिश करते हैं, बट जो जिहड़ा पंजाब है, ये पंजाब हैज़ ऑलवेज बीन अ कंट्री यू नो अ स्टेट जिहड़ी कि एक पॉलिटिक्स के बहुत ही इनलाइटन रही है हमेशा तो ही, तो पोलीटल मुद्दे बहुत ज़्यादा मैटर करते इतने, तो ना कि कल स्टार पावर इतने काम कर सकती है जी। जी बहुत बहुत धन्यवाद, नौजवान कह रहे हैं कि स्टार के नाल कोई प्रभाव नहीं पैंता, लोगों ने वोट सोच समझ के पानी है। सत श्रीकाल जी। सत श्रीकाल जी, की नाम है जी? शमशेर सिंह जी। अच्छा शमशेर, की लग रहा है कि सितारे उतारे जा रहे हैं, चाहे फिल्म इंडस्ट्री तो हो, चाहे मैदान तो हो, सितारे राजनीति दे विच ने, तो राजनीति तो बाद हुण लोकां दे विच जाण दी कोशिश है, मुद्दा सिर्फ वोट है, कि लगता है कि सितारियां नूं जिहड़े लोग ने वो पसंद करदे ने, पसंद करके वोट पा दिंदे ने?
देखो जी, सब तो पहला तो मेरा नज़रिया यही है कि जो मैं ऑब्जर्व करता हूँ तक किन्निया चोणा देख चुके हैं ना सी भी साडे इंडिया दे विच ना पैराशूट राही जिवें उह कहिंदे ना भी उम्मीदवार मतलब उतारन दा उह अजे तक गया नहीं है ट्रेंड किते ना किते इह खैर प्रभावित करदा भी लोकां नूं भी उहनां दे दिलां च भी हुंदा भी चल खणिक स्टार आ ते उहदे मतलब उहदी फेस वैल्यू दे अकॉर्डिंग लोकी ना वोटां पांदे आ पर कितने ना कितने पार्टियां नूं भी चाहिदा कि जिहड़ा बंदा उस एरिए दे विचों ग्राउंड लैवल तों उठा हुंदा ना उहनां दीआं हुण जिवें विजय सांपला दा बयान आया जी ये भाजपा ने गऊ हत्या करती है ना खैर ये भी पार्टियां नूं इदां नहीं चाहिदा कर मैं जे तुहाडी निजी राय पुछां तां तुसीं किस आधार दे उत्ते वोट पाओगे चेहरा देख के कि फिल्म इंडस्ट्री दे विचों है जां फिर वो चेहरा जो लोकां दे विच विचरदा रहा है लोकां दीआं मुश्किलां हल करन दी कोशिश करदा रहा लोकां दे नाल गलबात करदा रहा नहीं जी मैं पोलीटिकल साइंस का स्टूडेंट होने के नाते बिल्कुल ही इदा करा एक चेहरे मतलब जे कोई अज आके बंदा सानू कह रहा भी उनकी फेस वैल्यू ज्यादा है तो उस आके सानू कहता भी एक पार्टी के वालों है ना जिन्हें कभी साडे एरिए बारे जिन्हों पता ही नहीं गा तो खैर मैं उन्होंने वोट नहीं देवगा जी बहुत बहुत धन्यवाद सत श्रीकाल जी सत श्रीकाल जी की नाम है जी मेरा नाम गगनदीप सिंह कालो अच्छा गगनदीप की लग रहा कि लोग सभा चोणों के राजनीतिक पार्टियां वो चेहरे उतार रही ने जेडे टीवी स्क्रीन के उत्ते सन बॉलीवुड की टेप दे विच मशहूर कलाकार दे नाम दे नाल जाने भी जाते रहे ने ते हुना नू जिहड़ा राजनीति दे विच उतार दिता गया राजनीति दे विच सितारियां दा प्रभाव आम लोगों के उत्ते किन्ना पवेगा मेरे हिसाब नाल अज दे टाइम दे विच जिहड़े पढ़े लिखे लोग ज़्यादा ने एंड वह कितने भी इह जिहा स्टैप नहीं चक्कणगे क्योंकि जिवें सनी देओल ला लो तुसीं ठीक है वह ग्राउंड लैवल ते उन्होंने कम नहीं किया ना उन्हां नू उत्थों दे लोगों दी समस्या पता नहीं भी की ने ठीक है जिवें हुण पानी दा ला लो जां नौकरी दा ला लो ठीक है वो मेरे हिसाब नाल मैनूं नहीं लगता भी उत्थे जित्तणगे जां भी कोई कम करनगे ते लोक उन्होंने एक्सैप्ट भी नहीं करनगे मेरे हिसाब नाल फिर राजनीतिक पार्टियां तुहानूं की लगता कि क्यों उतार दिंदियां ने इन्हां कलाकारां नूं सिर्फ एक पबली स्टंट हो सकता भी जां उन्हां नूं लगता गा भी किते ना किते भी इन्हां दा फेस कम करूगा ते उह जित्तणगे पर मैं नौजवानों नाल काफ़ी गल की है तो सारे यही यो गल कह रहे हैं कि राजनीति दे विच कलाकारां दा चेहरे का तो उन्होंने जो पिछे काम किया है वह कोई प्रभाव नहीं जाता असी मुद्दों के आधार के उत्ते तो वो कैंडीडेट नूं वोट पाउणी है जिहड़े धरातल ते काम करते रहे सारयां दा इहो कहना है तो वोट पा के फिर भी जित जाते हैं कई आगू इहो जिहे हुंदे ने सितारे हुंदे ने जिहड़े चलो देखो तो हुण की बनता बट मेरे हिसाब नाल मैनूं नहीं लगता क्योंकि अजकल हरेक बंदे नूं पता है ठीक है चाहे वह क्योंकि हुण इंटरनेट ही ला लो तुसीं वह एक इहो जिहा मुद्दा बन चुका भी सब कुछ सामने आ जाता लोगों को पता लगता भी यार हाँ भी ये चीज़ ये गलत है ये सही है बहुत बहुत धन्यवाद सत श्रीकाल जी सत श्रीकाल जी की नाम है जी सुखविंदर राणा अच्छा सुखविंदर की लग रहा है कि लोग सभा चोणों के राजनीतिक पार्टियां के वलों वो चेहरे उतारे जा रहे हैं जो टीवी स्क्रीन के उत्ते होंगे ने तो लोग भी प्रभावित होंगे ने तुहानू लग रहे इस मेरे ख्याल च उन्होंने हिसाब नाल लोग प्रभावित होणगे पर मेरे ख्याल च अज के टाइम तो नहीं होणगे क्योंकि सबनू पता है कि बई हाँ अज भी साडे नाल साडे भी चलो मन दें छोटी जी गल सनी देओल की करते हैं तो चलो असं पसंद करते हो वधिया हीरो ने पर देखा जाए जिहड़ा उन्हां दे विच जिवें तुसीं जाखड़ की गल करते हो कि बई जाखड़ की गल करते हो कि बई उन्हां दे विच ग्राउंड लैवल ते रहिंदे हैं कि उन्हां नूं पता उन्हां दी समस्या दे सनी देओल बाहर दे बंदे ने उन्हां दी फेस वैल्यू ते उन्हां दे हिसाब नाल पै जाएगी वोट इकली सनी देओल इकला जाखड़ नहीं पूरी जिहड़ी बॉलीवुड दे विचों जां क्रिकेट दे विचों जिन्ने भी सितारे ने उन्हां दी गल कीती जा रही है कि उन्हां दा प्रभाव लोकां दे उत्ते किन्ना पवेगा ते सियासी पार्टियां नूं उतारदियां क्यों ने सियासी पार्टियां का सोचना यह है कि भई हाँ इन्हां दी फैन फॉलोइंग बढ़ रहा है तो इस कारण के कहीं साड़ी हार ना हो जाए कि इन्हां दे मूँह नूं भई सानू वोट पै जाएगी पर मेरा मनना यह नहीं है इस हिसाब नाल जित मेरे ख्याल औखी आ बहुत बहुत धन्यवाद सत श्रीकाल जी सत श्रीकाल वीरे की नाम है जी परमवीर सिंह भाई अच्छा परमवीर लोग सभा चोणों के जित पक्की करन दे लई राजनीतिक पार्टियां उन्हां सितारियां नूं उतार रही ने जिहड़ी टीवी स्क्रीन के उत्ते काफ़ी चमके हुए ने तो हुण अपनी पार्टी ने चमकाउण दे लई टिकटां भी दित्तियां जा रही ने पार्टी चमकेगी इन्हां सितारियां दम ते हाँ जी बई क्योंकि उन्होंने फेस वैल्यू हैगी है बई चमकेगी सारे ना जानते उन्होंने हम सू भी पता थोनों भी पता भी की नाम है इस करके और वोट भी पेगी दो चार बंद जो जान देंगे पिंड फिल्मा देखते हैं जाने जी उन्होंने वाल अच्छा तुम्हें तो लगता है कि फिल्मा देखने वाले या फिर फिल्मा देखने वाले होंगे किन्ने किने फिल्मा देखने कई बंद जो फिल्मा ही देखते और कुछ देखते नहीं उन्होंने बहुत सारे बंद यहोजे भी तो है जो फिल्मा देखते ही नहीं उन्हें बहुत पिंड ज़्यादातर देखते हैं जी सारे तकरीबन उन्होंने आई हों जी वो सच्ची है सारा कुछ ये करके कितना कितने का फर्क पैंता ही है सौ चो घट्टो घट्ट 25 बंद तो जाएगी जी इस करके
ਕੇ। ਅੱਛਾ, ਤੁਹਾਨੂੰ ਲੱਗਦਾ ਕਿ ਜਿਹੜੇ ਫਿਲਮਾਂ ਦੇਖਦੇ ਨੇ ਪਰਦਿਆਂ ਦੇ ਉੱਤੇ ਆਉਂਦੇ ਨੇ ਅਤੇ ਉਹ ਲੋਕ ਜਿਹੜੇ ਲੋਕਾਂ ਦੇ ਵਿੱਚ ਜਾਂਦੇ ਨੇ, ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦੇ ਨੇ, ਲੋਕਾਂ ਦੀ ਦੁੱਖ ਤਕਲੀਫ ਦੇ ਵਿੱਚ ਖੜਦੇ ਨੇ, ਉਹਨਾਂ ਦੀ ਬਜਾਏ ਆਮ ਲੋਕ ਸਿਤਾਰਿਆਂ ਦੇ ਉੱਤੇ ਪਰਦਿਆਂ ਦੇ ਉੱਤੇ ਕੰਮ ਕਰਨ ਵਾਲਿਆਂ ਨੂੰ ਵੋਟ ਦੇਣਗੇ? ਸਾਰੇ ਤੁਹਾਨੂੰ ਪਤਾ ਸੱਥਬਾਜ਼ੀਆਂ ਹੁੰਦੀਆਂ, ਜਿਹੜਾ ਕੰਮ ਕਰਦਾ ਉਹਨੂੰ ਤਾਂ ਫੁੱਦੂ ਕਹਿੰਦੇ ਆ ਸਾਰੇ, ਹੋਰ ਕੁਛ ਨਹੀਂ ਕਹਿੰਦੇ ਹੈਗੇ, ਇਸ ਕਰਕੇ ਉਹਨਾਂ ਨੂੰ ਐਂ ਹੁੰਦਾ ਵੀ ਨਵੀਂ ਚੀਜ਼ ਟਰਾਈ ਕਰੀਏ, ਉਹ ਬੰਦਾ ਐਂ ਹੋ ਸਕਦਾ। ਕੱਲ੍ਹ ਤੁਸੀਂ ਦੇਖ ਕੇ ਆਉਣਾ ਟੀ ਵੀ 'ਤੇ ਆ ਰਿਹਾ ਵੀ ਉਹਨਾਂ ਨਲਕਾ ਮੋੜ ਦੇਣਾ ਪਾਕਿਸਤਾਨ ਵਾਲਿਆਂ ਨੇ, ਇਹੋ ਜਿਹਾ ਕੁਛ ਆ ਰਿਹਾ, ਸਾਰਾ ਕੁਛ ਇਹ ਚੱਲਦਾ ਹੀ ਰਹਿੰਦਾ ਜੀ। ਇਹ ਤਾਂ ਬਸ ਇੱਕ ਤਰ੍ਹਾਂ ਦਾ ਯਾਨੀ ਕਿ ਫੀਸ ਵੈਲਿਊ ਦੀ ਮੁੱਲ ਪੈਂਦਾ ਤਕਰੀਬਨ ਐਂਡ 'ਤੇ ਆ ਕੇ ਜੀ। ਜੀ ਬਹੁਤ ਬਹੁਤ ਧੰਨਵਾਦ। ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ, ਨੌਜਵਾਨਾਂ ਨੇ ਇਹੋ ਗੱਲ ਕਹੀ ਹੈ ਕਿ ਕਿਤੇ ਨਾ ਕਿਤੇ ਜਿਹੜੇ ਸਿਤਾਰੇ ਹੁੰਦੇ ਨੇ ਉਹ ਪਰਦੇ ਦੇ ਉੱਤੇ ਉਤਾਰ ਦਿੱਤੇ ਜਾਂਦੇ ਨੇ ਅਤੇ ਪਰਦੇ ਤੋਂ ਬਾਅਦ ਉਹਨਾਂ ਦੀ ਚਮਕ ਦਾ ਸਹਾਰਾ ਲੈਣ ਲਈ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਟਿਕਟਾਂ ਦੇਖ ਕੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੰਦੀਆਂ ਨੇ। ਪਰ ਕੁਝ ਨੌਜਵਾਨਾਂ ਦਾ ਇਹੋ ਵੀ ਕਹਿਣਾ ਹੈ ਕਿ ਇਸ ਪਰਦੇ ਦੀ ਚਮਕ ਦੇ ਨਾਲ, ਇਸ ਸਿਤਾਰਿਆਂ ਦੀ ਫੇਸ ਵੈਲਿਊ ਦੇ ਨਾਲ ਰਾਜਨੀਤਿਕ ਪਾਰਟੀਆਂ ਕਾਮਯਾਬੀ ਹੋ ਸਕਦੀਆਂ ਨੇ ਅਤੇ ਕੁਝ ਕਹਿ ਰਹੀਆਂ ਨੇ ਕਿ ਉਹ ਮੁੱਦਿਆਂ ਦੇ ਆਧਾਰ ਦੇ ਉੱਤੇ ਅਤੇ ਉਹ ਕੈਂਡੀਡੇਟ ਨੂੰ ਵੋਟ ਦੇਣਗੇ ਜਿਹੜੇ ਲੋਕਾਂ ਦੇ ਵਿਚਕਾਰ ਜਾ ਕੇ ਉਹਨਾਂ ਦੀ ਦੁੱਖ ਤਕਲੀਫ ਸੁਣਦੇ ਨੇ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ। ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨਦਿਓ ਜੀ ਆ ਗਿਆ, ਧੰਨਵਾਦ।